ਉਹ ਨਹੀਂ ਬਾਬਾ ਉਹਨਾਂ ਦਾ ਉੱਧਰ ਵਧੀਆ ਚੱਲਦਾ ਕੰਮ।
ਹੋਰ ਆਪਣੇ ਪਿੰਡੋਂ ਫਿਰ ਕਿਹੜੀ ਮਿਲੂ ਯਾਰ ਗੁਆ ਕੂੜੇ ਨੂੰ। ਹੋਰ ਤਾਂ ਬਾਬਾ ਮੁਸ਼ਕਿਲ ਆ, ਹੁਣ ਤਾਂ ਨਰੇਗਾ ਦਾ ਕੰਮ ਮਾਰੋ ਮਾਰ ਚੱਲਦਾ। ਸਹੀ ਲਾਗਰ ਛੱਡ ਪਾ, ਹੋਰ ਕੋਲੇ ਜਿਹੜਾ ਮਾਰ ਕਾਵਾ ਯਾਰ, ਤੂੰ ਮਾੜਾ ਜਿਹਾ ਪੱਕਾ ਪਤਾ ਵੀ ਜਾਂਦੀ ਨੀ। ਹਾਂ ਹਾਂ ਪੱਕਾ ਪਤਾ ਆਊਗਾ। ਕੋਈ ਨੀ ਮਿਲੀ ਯਾਰ ਮੈਨੂੰ, ਤੂੰ ਮਿੰਟ ਮਾਰ ਕੇ ਰਹਿ, ਦੋ ਮਿੰਟ ਲੱਗਣਗੇ। ਮੁੜਿਆ ਕਰਿਆ ਹਿੰਮਤ ਨਾਲ, ਮੌਲੜ ਨਾ ਕਹਿ ਨੂੰ 60,000 ਰੁਪਇਆ ਲਾਇਆ ਉਤੇ, ਉੱਚ ਕਿਉਂ ਤਾਂ ਕਹਿੰਦਾ ਸੀ ਮੈਨੂੰ ਔੜ ਲੱਖ ਜਿਹਾ ਦੁੱਧ ਦਿਓ। ਇਹ ਮੇਰੇ ਲਈ ਪੱਕੀ ਤੋਪ ਕੀ ਆ ਜਵਾਕ ਜੀ, ਉਦੋਂ ਦੁੱਧ ਮੰਗਣਗੇ ਜਦੋਂ ਆਉਟ ਹੋਊਗੀ। ਉਹ ਤਾਂ ਉਹਦੇ 60,000 ਲਵਾਤਾ, ਮੈਂ ਕਿਹਾ ਮੁੱਲ ਲੈ ਲਿਓ ਜੀ, ਜੇ ਮੁੱਲ ਲੈਂਦੇ ਨਹੀਂ ਫਿਰ ਮਾਂ ਨੇ ਉੱਭ ਕੇ ਕਹਿ ਰਿਹਾ ਜੀ ਮੁੱਲ ਜਿੱਧਰ ਰੀਸ ਜੇ ਲੈ ਕੇ ਦਿੰਦੇ ਸੀ 34,000 ਦੀ, ਉਹੀ ਲਾਇਆ 60,000 ਕਿਹੜਾ ਦਿੰਦਾ ਜੀ ਤੈਨੂੰ 34,000 ਦਾ ਮਿੱਸਾ, 34,000 ਦੀ ਜੇ ਲੈ ਕੇ ਦਿੰਦੇ ਸੀ ਉਂਗਲਾਂ 'ਤੇ ਚਾਚ ਨਾ ਕਰੋ ਤੂੰ ਅਤੇ ਤੇਰੀ ਮਾਂ। ਉਦੋਂ ਹੁੱਭ ਕੇ 60 ਲਵਾਤਾ ਮੇਰਾ, ਉਹ ਖੜੀ ਆ ਕਿਲੇ 'ਤੇ ਬੰਨੀ, ਉਹ ਪੈਗੀ ਮੰਜੇ ਤੇ ਮੌਜ ਨਾ ਕਰ, ਮੇਰੇ ਤਾਂ ਪੈਰੀ ਮੈਂ ਦਿੱਤਾ 7 ਦਿਨਾਂ ਦੀ ਨਿਸ਼ਾ ਉਹਦੀ, ਉਹ ਨੀ ਕੁਛ ਛੱਡਦੀ। ਕਿਹਾ ਕਿਹਨੇ ਸੀ ਵੀ ਮੌਲੀ ਤੇ 60,000 ਰੁਪਇਆ ਲਾ ਕੇ ਆ, ਉਹ ਤੈਨੂੰ ਲੱਗਦੀ ਹੋ ਮੌਲੀ, ਮੇਰਾ ਤਾਂ ਗੰਦ ਦੇ ਸਿਰ ਭਰ ਕੇ ਲੱਗੇ 60,000 ਤੇ, ਜਿਹੜਾ ਦੁੱਧ ਪੀਨੇ ਹੋ ਉਸੇ ਦੀ ਪੀਨੇ ਹੋ ਸਾਲੇ ਹੋਏ ਨੇ ਮੌਲੀਆਂ ਦੇ। ਮੈਂ ਤਾਂ ਨਹੀਂ ਜਮਾਨ ਕਰਾਇਆ, ਮੈਂ ਤਾਂ ਉਹੀ ਲੈ ਕੇ ਆਉਂ ਮੈਂ ਇਸ, ਤੂੰ ਚੁੱਪ ਕਰਕੇ ਕੱਖ ਵੱਢ ਲੈ ਨਰੇ ਆਪਦਾ, ਉਧਰ ਵੱਢ ਲੈ ਸਾਰਾ ਪਿਆ ਵੱਢਾ ਨਰੇ, ਖੋਲੇ ਜਿਹਨੂੰ ਵੇਚੋ ਯਾਰ, ਮੈਂ ਇੱਥੋਂ ਨਹੀਂ ਲੋਟ ਆਉਂਦਾ, ਕਦੇ ਖੜ ਲਿਆ ਕਦੇ ਫੇਰ ਲਿਆ, ਉੱਥੇ ਮੈਂ ਬੁਰੇ ਪਈ ਇਹਨਾਂ ਲੋਕਾਂ ਨਾਲ, ਕੋਈ ਨਹੀਂ ਦਿੰਦਾ ਜਾਂ ਪੈਸੇ ਦੇ ਕਿਆ ਕਰੋ, ਮੈਂ ਤਿਆਰ ਤਾਂ ਉਹ ਬਣੀ ਪਈ ਆ ਘਰ ਦੀ। ਸਾਡੀ ਕੱਲ ਦੀ ਗੜਬੜ ਜੀ ਐਸੀ ਹੋਈ ਆ ਢਿੱਡ ਚ, ਲੋਟ ਹੀ ਨਹੀਂ ਆਇਆ, ਮੈਂ ਆਖਿਆ ਵੀ ਮਾਂ ਨਾ ਬਣਾਓ ਦਾਲ ਮਟਰਾਂ ਦੀ ਵਧੀਆ। ਠੰਡਾ ਰਹਿ, ਕੰਮ ਕਰਨਾ ਪੈਂਦਾ ਠੰਡਾ ਰਹਿ, ਜੇ ਅੱਜ ਤੋਂ ਬਾਅਦ
ਬਸ ਨਹੀਂ ਹੁੰਦਾ ਠੰਡਾ ਰਹਿ ਕਰ ਤੂੰ ਆਲੇ ਇੱਕ ਹੁੰਦਾ ਨਾ ਸਾਰਿਆਂ ਦੇ ਮੂੰਹ ਨਾਲ ਉਹ ਜਾਤੀ ਨੇ ਦਾ ਉਹ ਨਾ ਕਾਫੀ ਰਹਿੰਦਾ ਉਹ ਕਿਹੜਾ ਮੇਰੇ ਘਰੇ ਬੜੀ ਰੱਖ ਲਾ ਘਰੇ ਪੀਣ ਨੂੰ ਮੈਂ ਫਿਰ ਨਾਲੇ ਬਾਣੀਆਂ ਕੋਲੇ ਜਾ ਆਉਣਾ ਉਹਦੇ ਕੋਲੇ ਵੀ ਆਪਣਾ ਆਹ ਖਾਲ ਫੀਡ ਦਾ ਪਤਾ ਕਰੇ ਉਹਨਾਂ ਦੇ ਤੂੰ ਦੋ ਬੋਰੀਆਂ ਘਰ ਵਾਲੀ ਖਾਤਰ ਤਾਂ ਇੱਕੀ ਲਈ ਫਿਰ ਖਾਲ ਫੀਡ ਕਰ ਲਿਆਉਣੀ ਤੂੰ ਆਹੋ ਤੂੰ ਐਂ ਕਰੀ ਫਿਰ ਲਿਆ ਵਪਾਰੀ ਜਦੋਂ ਯਾਰ ਚਾੜ ਗੱਡੀ ਮੈਂ ਦੇਖ ਕੇ ਲੈ ਉਹਨੇ ਸਾਰੇ ਉਹ ਦੋਜੀ ਮਾਂਜਦੇ ਠੀਕ ਹੈ ਇੱਕ ਦੋਜੀ ਹੋ ਜਾਂਦਾ ਸਾਰੇ ਮਾਂਜੇ ਜਾਂਦੇ ਨੇ ਮਾਂਜਾ ਕਹਿੰਦਾ ਮਾਂਜੇ ਸਾਡੇ ਘਰੇ ਫੜਿਆ ਲੱਤ ਤੋੜ ਦੂੰ ਚੰਗਾ ਜਾਂ ਤੂੰ ਵਪਾਰੀ ਕਣੀ ਜਾ ਮੈਂ ਉਹਦੇ ਕਣੀ ਜਾ ਕੇ ਆਉਣਾ ਖਾਲ ਫੀਡ ਵਾਲੇ ਕਣੀ ਨਹੀਂ ਤਾਂ ਪਤਾ ਸੁੱਤਾ ਯਾਰ ਹੋਰ ਜੀ ਬਾਈ ਜੀ ਕਹਿੰਗੋ ਠੀਕ ਹੈ ਨੀਨਾ ਕੀ ਹਾਲ ਹੈ ਤੇ ਤੁਹਾਡਾ ਵਧੀਆ ਵਧੀਆ ਉਹ ਮੈਂ ਯਾਰ ਤੇਰੇ ਕੋਲ ਖਾਲ ਫੀਡ ਨੂੰ ਆਇਆ ਸੀਗਾ ਜਵਾਕ ਹੈ ਕਹਿੰਦਾ ਮੁੱਕੀ ਪਈ ਹੈ ਉਹ ਤੇਰੇ ਕੋਲ ਚਾਰ ਬੋਰੇ ਦੇ ਪੈਸੇ ਪਹਿਲਾਂ ਰਹਿ ਨੇ ਯਾਰ ਉਹ ਜਿਹੜਾ ਪਿੰਡੋ ਭੱਜੇ ਜਾਂਦੇ ਆ ਨਹੀਂ ਭਾਈ ਮੇਰਾ ਪਹੁੰਚਿਆ ਕਿ ਉਸੀ ਮਹੀਨੇ ਬਾਅਦ ਤਾਂ ਤੁਸੀਂ ਹੁਣ ਪਿੰਡ 'ਚ ਲਾ ਲੈਣੀ ਦੁਕਾਨਾਂ ਕਿੰਨੀਆਂ ਨੇ 8-9 ਨੇ ਤੇਰੇ ਕੋਲ ਜੱਟ ਭਾਈ ਜ਼ਿਆਦਾ ਕਰਕੇ ਤਾਂ ਹੀ ਉਹਨੇ ਵੀ ਦੇ ਦੇਗਾ ਹਾਂ ਠੀਕ ਹੈ ਤੂੰ ਐਂ ਦੱਸ ਮੈਨੂੰ ਯਾਰ ਖਾਲ ਦਾ ਕੀ ਰੇਟ ਲਾਏਗਾ ਖਾਲ ਦਾ ਜੇ ਨਗਦਾ ਨੂੰ ਹੋਗੀ ਹਾਂ ਤਾਂ 1100 ਨੂੰ ਜੀ ਧਾਰ ਲਓ 1300 ਪਾਉਣਾ ਅੱਛਾ ਜੀ ਹਾਂਜੀ ਫੀਡ 900 ਨੂੰ ਜੀ ਮੁਸਕਾਨਾ ਤੂੰ ਐਂ ਕਰ ਹਾਂ ਮੈਂ ਤੇਰੇ ਹੱਥ ਨੇ ਜਵਾਕ ਜਾ ਤੋਰੂੰਗਾ ਔਰ ਠੇਲੀ ਲੈ ਕੇ ਠੀਕ ਹੈ ਦੋ ਬੋਰੀਆਂ ਧਰਦੀ ਤੈਨੂੰ ਨਗਦ ਪੈਸੇ ਦੇ ਕੇ ਆਵਾਂਗੇ ਦੋ ਬੋਰੇ ਕਾਹ ਧਰਨੇ ਨੇ ਠੇਲੀ ਦੀ ਧਰਦੀ ਕਾਹਦੇ ਕਾਹਦੀਆਂ ਇੱਕ ਤਾਂ ਖਾਲ ਦੀ ਧਰਦੀ ਇੱਕ ਧਰਦੀ ਫੀਡ ਦੀ ਅੱਛਾ ਪੈਸੇ ਕਿੱਥੋਂ ਹੋਣਗੇ ਪੈਸੇ ਹੱਥ ਨੂੰ ਪੱਕੀ ਗੱਲ ਹੈ ਵਾਹ ਪੱਕੀ ਗੱਲ ਠੀਕ ਹੈ ਭੇਜ ਦਾਂਗੇ ਵਧੀਆ ਤਰੀ ਹਾਂ ਜਮਾ ਭੇਜ ਦੂੰ ਵਧੀਆ ਭੇਜ ਐ ਨਾ ਰਹਿ ਜੀ ਵੀ ਧਾਰ ਲੈ ਕੇ ਜਾਣਗੇ ਉਹ ਨਾਣਾ ਵਧੀਆ ਭੇਜੂ ਬਾਈ ਹਾਂ ਚਾਰ ਮੈਂ ਵੀ ਤਰੀ ਚੰਗਾ ਹੈ ਚੰਗਾ ਬਾਈ ਚੰਗਾ ਹੋਰ ਬਾਬਾ ਸਾਹਿਬ ਕਿਥੋਂ ਲੱਭੜਾ ਜਾਉਂਦਾ ਕੈਮਾ ਲੱਗੀ ਹਾਂ ਕੈਮਾ ਉਹ ਮੈਂ ਤਾਂ ਯਾਰ ਉਹ ਖਾਲ ਫੀਡ ਦਾ ਪੁੱਛ ਕੇ ਆਇਆ ਸੀ ਉਹਨੂੰ ਅੱਛਾ ਉਹ ਕੱਲ ਤੇਰੀ ਅੰਬੋ ਦੇ ਪੈਰ ਤੇ ਪੈਰ ਧਰਤਾ ਯਾਰ ਮੈਂ ਗੋਹੇ ਕੂੜੇ ਵਾਲੀ ਮਿਲੀ ਨਹੀਂ ਕੋਈ ਹੈਗੀ ਆ ਯਾਰ ਨੂੰ ਬੜਾ ਔਖਾ ਹੋਇਆ ਪਿਆ ਤੂੰ ਮੈਨੂੰ ਦੱਸ ਦੇ ਉਹ ਹੋ ਕੰਜਰ ਤੇ ਹੁਣ ਤਾਂ ਇੱਥੋਂ ਗੋਹਾ ਕੂੜਾ ਕਰਾਵਾਂਗੇ ਉਹ ਐਵੇਂ ਨਾ ਖੋਲਾ ਰੱਖਿਆ ਕਰੋ ਮੈਂ ਪੜਾਈ ਜੰਨੇ ਹੋਈ ਨਹੀਂ ਹੈ ਐਵੇਂ ਨਹੀਂ ਖੋਲਾ ਕਰੋ ਤਾਂ ਤੇ ਮੁੱਲ ਲੈ ਲਿਆ ਕਰੋਗਾ ਸਹੀ ਗੱਲ ਹੈ ਤੂੰ ਵੀ ਮੁੱਲ ਲੈ ਲੈ ਮੈਂ ਮੁੱਲ ਲੈ ਲੈਣਾ ਹੁਣ ਹੋਰ ਕਿੰਨੇ ਨੇ ਸਰ ਜਿਆਦਾ ਅੱਧਾ ਹੀ ਤੇ ਵਾਧੂ ਅਜੇ ਤਾਂ ਬਹੁਤ ਨਹੀਂ ਆ ਮੁੱਲ ਹੀ ਲਵਾਂਗੇ ਦਾ ਫਾਇਦਾ ਨਹੀਂ ਯਾਰ ਖੋਲ ਲੈ ਮੈਂ ਡਰਦੀ ਬਾੜੀ ਲੱਗਦੀ ਹੈ ਜੀ ਡਰੂ ਤਾਂ ਉੱਪਰਾ ਬੰਦਾ ਮੰਨਦੀ ਹੈ ਜੀ ਇਹ ਕਿਤਾ ਕਰਕੇ ਖਾਣਾ ਤੇ ਫਰਕ ਲੱਗਦਾ ਚਾ ਨਾ ਨਾ ਬਾਲਦੀ ਰੱਖਦੇ ਆਪਣੇ 5 ਵਜੇ ਆਪਦੇ ਆ ਭਰੂ ਦੁੱਧ ਨਹੀਂ ਭਈ ਉਹ ਖਾਣ ਛੋਟਾ ਯਾਰ ਉਹ ਦੇਖ ਉਹ ਤਾਂ ਜੀ ਤੁਹਾਡੇ ਸਾਹਮਣੇ ਐਵੇਂ ਆਪਾਂ ਕੋ ਆਪਣੀ ਮਾਂ ਤੇ ਜਿਹੜਾ ਉਹ ਛੋਟਾ ਕਹਿੰਦੇ ਤੁਸੀਂ ਉਹਦੇ ਵਿੱਚ ਹੀ ਸਭ ਤੋਂ ਮਤਲਬ ਦੂਸਰਾ ਲੰਬਾ ਇਹਦਾ ਭਾਈ ਵਧੀਆ ਚੋਣਿਆ ਐਵੇਂ ਕੋ ਗੱਪ ਮਾਰੀਏ ਮੈਂ ਚੋਣ ਆਈ ਇਹਨੂੰ ਆਸਣ ਤੜਕੇ ਠੀਕ ਹੈ ਜੀ ਮੁੱਲ ਬਾਹਲਾ ਮੰਗੀ ਜਾਂਦਾ ਮੁੱਲ ਬਾਹਲਾ ਜਾਇਜ਼ਾ ਮੁੱਲ ਮੰਗੋ ਜੀ ਨਹੀਂ ਜੀ ਅਸੀਂ ਤਾਂ ਨਾ ਲਿਆਂਦੀ ਸੀ ਜਿੰਨੇ ਦੀ ਲਿਆਂਦੀ ਅਸੀਂ ਤਾਂ ਉਨਾ ਮੰਗੇ ਬਾਕੀ ਬਾਈ ਮੈਂ ਇੱਕ ਮੰਡਲੀ ਆ ਮੈਂ ਦੇਖ ਉਧਰ ਉਹ ਤਾਂ ਹੁਣ ਭਾਈ ਤੁਸੀਂ ਦੇਖੋ ਕਮਾਂਡ ਦੁੱਧ ਤਾਂ ਮੈਂ ਆਪਣੇ ਦੇਣਾ ਮੈਂ ਨਹੀਂ ਭਾਈ ਬੈ ਬੜਾ ਕਰਦੇ ਨੇ ਲੋਕ ਸਾਨੂੰ ਵੇਚਣ ਦੀ ਮੂਰੇ ਦਿੱਕਤ ਆਊਗੀ ਟੋਪੀ ਵੀ ਲਈ ਹੋਈ ਹੈ ਪਹਿਲਾਂ ਦੀ ਉਹ ਦੇਖ ਹਾਂ ਦੇਖ ਟੋਪੀ ਲਾ ਕੇ ਦੇਣੇ ਆ ਭਾਈ ਟੋਪੀ ਦੇ ਦਾਂਗੇ ਲੈ ਕੇ ਦੂਜੀ ਦੇ ਦਾਂਗੇ ਆਏ ਨਹੀਂ ਭਾਈ ਤੁਸੀਂ ਯਾਰ ਗੱਲਾਂ ਸਾਡੀਆਂ ਹੋ ਕਰ ਦਿਓ ਦੇਖ ਲਓ ਜੀ ਉਹਨੂੰ 12 ਖਾਂਦੀਆਂ ਵੀ ਇਸ ਤਾਂ 40,000 ਰੁਪਇਆ ਮੁੱਲ ਆ ਬਾਕੀ ਉਹਦੀ ਮਰਜ਼ੀ ਹੈ ਹਾਂ ਭਾਈ ਤੁਸੀਂ ਰਾਏ ਕਰ ਲਓ 40 ਨੂੰ ਸਾਨੂੰ ਪੁੱਛਦੀ ਨਹੀਂ ਮਾੜਾ ਜਿਹਾ ਤੁਸੀਂ ਆਪਦੀ ਕਰ ਲਓ ਨਾ ਹੀ ਰੱਖੀਏ ਤੇਰੀ ਆ ਜਾ
ਬਾਹਲਾ ਦੂ ਨਾਵਾਂਗੇ 47,000 ਦੇ ਹੋਊ ਨਾ ਭਾਈ ਓਏ ਹੁਣ ਤਾਂ ਬਹੁਤ ਬਣਾ ਰਹੀ ਚੱਲ 50 ਕਰ ਦੂ ਪੂਰਾ ਨਾ ਨਾ 50 ਨਹੀਂ ਉਸ ਅਸੀਂ ਤਾਂ ਆਪ ਹੀ ਪਹਿਲਾਂ ਤੇਰੇ ਆਪ ਹੀ 7000 ਉਹ ਨਹੀਂ ਬਾਲਾਰੀਆਂ ਦੀ ਕਰਨੀ ਨਹੀਂ ਕਰੀ ਹੈਗੀ ਉਹ ਠੀਕ ਹੈ ਮੈਂ ਆ ਫਰਕ ਹੈ ਭਾਈ ਨਹੀਂ ਠੀਕ ਹੈ ਜਮਾ ਪਰ ਇੱਕ ਮਿੰਟ ਮੈਂ ਮੁੰਡਰਾ ਦਾ ਕਰ ਲਾਂ ਕਰ ਲੂ ਜੇ ਸਾਨੂੰ ਆ ਫਾਟੂ ਜੇ ਨਹੀਂ ਇਹ ਤੁਹਾਨੂੰ ਦੇਤੀ ਕੋਈ ਚੱਕਰ ਨਹੀਂ ਠੀਕ ਹੈ ਕਿਵੇਂ ਕਰਨਾ 48 ਦੀ ਕਰੀ ਲਿਖੋ ਦੋ ਬੋਰੀਆਂ ਖਾਲਦੀਆਂ ਚਾਰ ਬੋਰੀਆਂ ਫੀਡ ਦੀਆਂ ਤੇ ਆਪਾਂ ਸੀ 7 ਮਹੀਨੇ ਦੁੱਧ ਪਾਇਆ ਉਹ ਕਿੰਨੇ ਦਾ ਹੋ ਗਿਆ ਸੀਗਾ ਉਹ ਵੀ ਲਿਖ ਸਾਰਾ ਸਾਰਾ ਕੁਝ ਲਿਖ ਲੈ ਤੇ ਬਾਕੀ ਤੂੜੀ ਲਾ ਜਿਹੜੀ ਆਪਾਂ ਤੂੜੀ ਪਾਈ ਹੈ ਤੇ ਆਪਣੇ ਕੋਲ 3-4 ਮਹੀਸਾਂ ਦੀ ਇੱਕ ਬੇਚੀ ਸੀ 3-4 ਰਹੀਆਂ ਸੀ ਤੇ ਬਾਕੀ ਫਿਰ ਕਿੱਲਾ ਲਾ ਦੂ ਕੱਖਾਂ ਦਾ ਜੇ ਆਪਾਂ ਠੇਕੇ ਦੇ ਦਿੱਤਾ 50,000 ਦਾ ਸਿੱਧਾ ਉਹ ਲੱਖ ਰੁਪਏ ਦੀ ਫਸਲ ਹੋ ਗਈ ਸਾਲ ਚ ਲਾ ਸਾਹਿਬ ਇਹਦਾ ਮੂਹਰੇ ਕਿਹੜਾ ਜਾ ਰਿਹਾ ਖਰਚਾ ਜਾ ਰਿਹਾ ਕੋਈ ਦੁੱਧ ਜਾ ਰਿਹਾ ਬਹੁਤ ਗਾਹਾਂ ਲੰਘਿਆ ਖਰਚਾ ਖਰਚਾ ਅੱਛਾ ਜੀ ਐਂ ਤਾਂ ਬੇਦੀ ਬਿਮਾਰ ਵੀ ਹੋ ਗਈ ਸੀ 2,000 ਤੋਂ ਲੱਗ ਗਿਆ ਨਾ ਬਿਮਾਰ ਜਦੋਂ ਤੇਰੀ ਮਾਂ ਹੋਊਗੀ ਉਦੋਂ ਤਾਂ ਦਵਾਈ ਦਵਾਈ ਗਈ ਤੇ ਨਾ ਮਾਂ ਹੁਣ ਮੈਂ ਸੁਣਾ ਲਾਤੀ ਤੈ ਰਲੂ ਯਾਰ